ये संगत घूमण की तो मानसे ज़िले की है तो बाकी सारे ठीक ठाक है। असी इन्हों का सारा जेडे जिन्होंने सट्टा लगिया सगिया वो असी रोपड़ होस्पिटल भेज दते है। तो बाकी संगत सुभाविक ट्रक में नहीं सीगी, इहदा कारण मेजर नहीं पता लग सकता क्योंकि जिहड़ा इहदा चालक है उही इंजर्ड है। एक 17-18 साल की कोई बच्ची इंजर्ड है, माइनर है वैसे इंजर्ड। वह असी 108 नंबर गड्डी नूं फोन कीते नूं घट्टो घट 15-20 मिनट हो गए, हजे तक प्रशासन वालों कोई भी किसी तरह की कोई गड्डी उन्होंने इत्थे तक कोई सरकारी सहायता लई कोई नहीं भेजी गई। ते रहायश दा और खाने दा प्रबंध गुरु घर विच धन धन बाबा अगर दिता जी दे गुरद्वारा साहब विखे कर दिता गया संगत दा। ते बाकी असी इंजर्ड दे भी उत्थे जाके पता करांगे, उन्हां दा हाल चाल पुछांगे ते जो भी सुभाविक होया उन्हां दी मदद करांगे। अज देर रात कीरतपुर साहब के नेड़े एक भयानक सड़क हादसे दे विच दो व्यक्ति जख्मी हो गए, जदों कि हादसा इन्ना भयानक सी कि कई व्यक्तियों दी जानां जोखम विच पै गईआं सन। घटना कीरतपुर साहब के नेड़े गुरुद्वारा साहब बाबा गुरदित्ता दी है, जिथे दर्शन करन मगरों वड्डे ट्राले दे चालक वल्लों ट्राले नूं चलाया गया तां बेकाबू होके ट्राला पहाड़ी दे विच जा वज्जा, मौके ते चीक चिहाड़ा पै गया। ट्राले दे मालक अते ड्राइवर विचों एक व्यक्ति हादसे दौरान गंभीर जख्मी हो गया अते उस दे नाल ही 19 साला लड़की भी जख्मी हो गई। घटना दा पता लगदे ही मैनेजर बाबा गुरदित्ता जी अमरजीत सिंह ने 108 एम्बुलेंस नूं फोन कीता तां काफी देर एम्बुलेंस नहीं आई तां लोकां वल्लों जख्मियां नूं हस्पताल पहुंचाया गया। ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਹਾਦਸਾ ਇਹ ਗੱਡੀ ਉੱਪਰ ਤੋਂ ਬਾਬਾ ਗੁਰਦਿੱਤਾ ਜੀ ਤੋਂ ਆ ਰਹੀ ਸੀਗੀ, ਇਹ ਕੁਦਰਤੀ ਸਾਨੂੰ ਪਤਾ ਲੱਗਿਆ ਵੀ ਥੱਲੇ ਟਰੱਕ ਦਾ ਹਾਦਸਾ ਹੋ ਗਿਆ। ਅਸੀਂ ਉਸੇ ਵਕਤ ਇੱਥੇ ਪਹੁੰਚੇ ਅਤੇ ਪਰਮਾਤਮਾ ਦੀ ਕਿਰਪਾ ਹੋਈ, ਚਲੋ ਸਭ ਦਾ ਬਚਾਅ ਹੋ ਗਿਆ, ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਇੱਕ ਡਰਾਈਵਰ ਇਹ ਸੰਗਤ ਘੁੰਮਣ ਦੀ ਅਤੇ ਮਾਨਸੇ ਜ਼ਿਲ੍ਹੇ ਦੀ ਹੈ ਅਤੇ ਬਾਕੀ ਸਾਰੇ ਠੀਕ ਠਾਕ ਹੈ। ਅਸੀਂ ਇਹਨਾਂ ਦਾ ਸਾਰਾ ਜਿਹੜੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਸੀਗੀਆਂ ਉਹ ਅਸੀਂ ਰੋਪੜ ਹੋਸਪਿਟਲ ਭੇਜ ਦਿੱਤੇ ਆ। ਬਾਕੀ ਸਾਰੀ ਸੰਗਤ ਦਾ ਰਹਿਸ਼ ਦਾ ਲੰਗਰ ਦਾ ਸਾਰਾ ਪ੍ਰਬੰਧ ਕਰ ਦਿੱਤਾ ਗਿਆ। ਇਹਨਾਂ ਨੂੰ ਅਸੀਂ ਪੂਰਨਾ ਭਰੋਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵੱਲੋਂ ਸਾਰਾ ਇਹਨਾਂ ਦਾ ਜੋ ਵੀ ਹੈ ਉਹ ਇਹਨਾਂ ਲਈ ਹਰ ਤਰ੍ਹਾਂ ਦੇ ਆਪਾਂ ਸਹਿਯੋਗੀ ਹਾਂ ਅਤੇ ਸਤਿਗੁਰੂ ਸਾਹਿਬ ਨੇ ਕਿਰਪਾ ਕੀਤੀ ਜੋ ਇਹ ਦਰਦਨਾਕ ਹਾਦਸਾ ਸੀਗਾ ਜਾਨੀ ਮਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਅਸੀਂ 108 ਨੰਬਰ ਗੱਡੀ ਨੂੰ ਫੋਨ ਕੀਤੇ ਨੂੰ ਘੱਟੋ ਘੱਟ 15-20 ਮਿੰਟ ਹੋ ਗਏ, ਹਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਗੱਡੀ ਉਹਨਾਂ ਦਾ ਇੱਥੇ ਤੱਕ ਕੋਈ ਸਰਕਾਰੀ ਸਹਾਇਤਾ ਲਈ ਕੋਈ ਨਹੀਂ ਭੇਜੀ ਗਈ। ਸਰ ਮੈਂ ਥਾਣਾ ਕੀਰਤਪੁਰ ਸਾਹਿਬ 'ਚ ਡਿਊਟੀ ਅਫਸਰ ਤੈਨਾਤ ਹਾਂ ਅੱਜ ਦੇ ਦਿਨ, ਅਤੇ ਥਾਣੇ 'ਚ ਜਦੋਂ ਇਨਫੋਰਮੇਸ਼ਨ ਦਿੱਤੀ ਸੰਗਤ ਨੇ ਪਹੁੰਚ ਕੇ ਕਿ ਉੱਥੇ ਟਰਾਲਾ ਪਲਟ ਗਿਆ, ਅਤੇ ਅਸੀਂ ਮੌਕਾ 'ਤੇ ਪਹੁੰਚੇ ਹਾਂ ਅਤੇ ਦੋ ਮੈਨੇਜਰ ਸਾਹਿਬ ਜਿਹੜੇ ਬਾਬਾ ਗੁਰਦਿੱਤਾ ਜੀ ਦੇ ਸਰਦਾਰ ਅਮਰਜੀਤ ਸਿੰਘ ਨੇ ਇਹ ਵੀ ਮੌਕੇ 'ਤੇ ਪਹੁੰਚੇ ਸਾਡੇ ਨਾਲ, ਅਤੇ ਦੋ ਇੰਜਰਡ ਬੰਦੇ ਸੀਗੇ ਉਹ ਅਸੀਂ ਉਹਨਾਂ ਦੀ ਹੈਲਪ ਕੀਤੀ ਹੈ ਅਤੇ ਅਰੇਂਜਮੈਂਟ ਕਰਕੇ ਵਹੀਕਲ ਦਾ ਉਹਨਾਂ ਨੂੰ ਸਿਵਲ ਹਸਪਤਾਲ ਰੋਪੜ ਭੇਜਿਆ। ਅਤੇ ਬਾਕੀ ਸੰਗਤ ਸੁਭਾਵਿਕ ਟਰੱਕ ਵਿੱਚ ਨਹੀਂ ਸੀਗੀ, ਇਹਦਾ ਕਾਰਨ ਮੇਜਰ ਨਹੀਂ ਪਤਾ ਲੱਗ ਸਕਦਾ ਕਿਉਂਕਿ ਜਿਹੜਾ ਇਹਦਾ ਚਾਲਕ ਹੈ ਉਹੀ ਇੰਜਰਡ ਹੈ। ਇੱਕ 17-18 ਸਾਲ ਦੀ ਕੋਈ ਬੱਚੀ ਇੰਜਰਡ ਹੈ, ਮਾਈਨਰ ਹੈ ਵੈਸੇ ਇੰਜਰਡ ਉਹ, ਅਤੇ ਡਰਾਈਵਰ ਥੋੜ੍ਹਾ ਜ਼ਿਆਦਾ ਇੰਜਰਡ ਹੈ, ਉਹਨਾਂ ਨੂੰ ਭੇਜਿਆ ਗਿਆ। ਬਾਕੀ ਸੰਗਤ ਟਰੱਕ ਦੇ ਵਿੱਚ ਨਹੀਂ ਸੀਗੀ, ਅਤੇ ਹੋ ਸਕਦਾ ਟਰੱਕ ਤਰਾਈ ਦੇ ਵਿੱਚ ਕਿਸੇ ਕਾਰਨ ਕਰਕੇ ਕਿਵੇਂ ਇੱਥੇ ਆ ਕੇ ਆਪਣਾ ਵੱਜਿਆ ਢਾਹੇ ਦੇ ਵਿੱਚ, ਪਰ ਲੇਕਿਨ ਹੋਰ ਜਾਨੀ ਮਾਲੀ ਨੁਕਸਾਨ ਤੋਂ ਬਚਾ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਖੜ੍ਹੇ ਨੇ ਸਾਡੇ ਕੋਲ, ਇਹਨਾਂ ਨੇ ਪੂਰਾ ਜਿਹੜਾ ਵਿਸ਼ਵਾਸ ਦਵਾਇਆ ਸੰਗਤ ਨੂੰ ਕਿ ਅਸੀਂ ਹਰ ਪੱਖੋਂ ਤੁਹਾਡੀ ਮਦਦ ਕਰਾਂਗੇ, ਅਤੇ ਰਹਿਸ਼ ਦਾ ਔਰ ਖਾਣੇ ਦਾ ਪ੍ਰਬੰਧ ਗੁਰੂ ਘਰ ਵਿੱਚ ਧੰਨ ਧੰਨ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਕਰ ਦਿੱਤਾ ਗਿਆ ਸੰਗਤ ਦਾ। ਅਤੇ ਬਾਕੀ ਅਸੀਂ ਇੰਜਰਡ ਦੇ ਵੀ ਉੱਥੇ ਜਾ ਕੇ ਪਤਾ ਕਰਾਂਗੇ, ਉਹਨਾਂ ਦਾ ਹਾਲ ਚਾਲ ਪੁੱਛਾਂਗੇ ਅਤੇ ਜੋ ਵੀ ਸੁਭਾਵਿਕ ਹੋਇਆ ਉਹਨਾਂ ਦੀ ਮਦਦ ਕਰਾਂਗੇ। ਦ ਏਵਨ ਮੀਡੀਆ ਚੈਨਲ ਲਈ ਰੂਪਨਗਰ ਤੋਂ ਜਤਿੰਦਰ ਪਾਲ ਕਲੇਰ ਦੀ ਖਾਸ ਰਿਪੋਰਟ।